ਅੱਗ ਕਿਸਾਨਾਂ ਨੇ ਲਾਉਣੀ ਸ਼ੁਰੂ ਕਰਤੀ, ਇੱਥੇ ਵੀ ਲਾਈ ਆ, ਮੈਂ ਆਪ ਆਇਆ ਗਾ ਅਤੇ ਇੱਥੇ ਧਮਕੀਆਂ ਵੀ ਦੇ ਰਿਹਾ, ਪ੍ਰਸ਼ਾਸਨ ਵੀ ਰੋਜ਼ ਗੇੜੇ ਮਾਰ ਰਿਹਾ ਗਾ ਵੀ ਅਸੀਂ ਇਹਨਾਂ ਦੇ ਜਿਹੜੀ ਲਾਲ ਲਕੀਰਾਂ ਮਾਰ ਦਾਂਗੇ, ਫਰਦ ਨਹੀਂ ਨਿਕਲ ਦੇਵਾਂਗੇ, ਜੁਰਮਾਨੇ ਕਰਾਂਗੇ, FIR ਕਰਾਂਗੇ। ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ, ਡਰਾਇਆ ਜਾ ਰਿਹਾ। 8000 ਨੋਡਲ ਅਫਸਰ ਇਹਨਾਂ ਨੇ ਪੰਜਾਬ ਦੇ ਕਿਸਾਨਾਂ 'ਤੇ ਲਾਏ ਆ ਵੀ ਜੇ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੁਰੰਤ ਕਾਰਵਾਈ ਕਰੋ, ਵੀ ਜੇ ਕੋਈ ਅਧਿਕਾਰੀ ਇੱਥੇ ਪਿੰਡਾਂ 'ਚ ਵੜ ਗਿਆ। ਅਸੀਂ ਖਾਸ ਤੌਰ 'ਤੇ ਜਥੇਬੰਦੀ ਵੱਲੋਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਆਏ ਹੋਏ ਅਧਿਕਾਰੀਆਂ ਨੂੰ ਬੰਦੀ ਬਣਾਵਾਂਗੇ, ਕਿਸੇ ਨੂੰ ਛੱਡਾਂਗੇ ਨਹੀਂ ਜਿਨ੍ਹਾਂ 'ਚ ਅੱਗ ਨਹੀਂ ਲੱਗਦੀ। ਅੱਗ ਲਾਏ ਬਿਨਾਂ ਸਾਡੀ ਮਜ਼ਬੂਰੀ ਹੈ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਨੂੰ ਅੱਗ ਲਾਉਣੀ ਪੈਂਦੀ ਆ। ਅੱਗ ਲਾਏ ਬਿਨਾਂ ਸਾਡਾ ਕੋਈ ਹੱਲ ਨਹੀਂ। ਹੁਣ ਗਰੀਬ ਬੰਦੇ ਵਿੱਚ ਫਾਹੇ ਲਈ ਜਾਂਦੇ ਆ, ਲੋਕ ਤਾਂ ਮਰੀ ਜਾਂਦੇ ਆ, ਕਿਸਾਨ ਤਾਂ ਪਹਿਲਾਂ ਹੀ ਖਤਮ। ਅੱਜ ਅਸੀਂ ਜੀ 6-7 ਕਿੱਲਿਆਂ ਨੂੰ ਅੱਗ ਲਾ ਤੀ, ਐਵੇਂ ਜਿਵੇਂ ਲਾਵਾਂਗੇ ਸਾਰਿਆਂ ਨਾਲ ਰਲ ਕੇ ਕਿਸਾਨਾਂ ਨਾਲ ਇਕੱਠੇ ਹੋ ਕੇ ਅੱਗ ਲਵਾਵਾਂਗੇ ਵੀ ਲਾਵਾਂਗੇ ਵੀ, ਜੋ ਸਰਕਾਰ ਨੇ ਕਰਨਾ ਕਰਨ, ਜੇ ਕੋਈ ਮੁਲਾਜ਼ਮ ਆਊਗਾ ਮਹਿਕਮੇ ਵਾਲਾ ਅਸੀਂ ਬੰਦੀ ਬਣਾਵਾਂਗੇ। ਹਾਂ ਧਮਕੀ ਦਿੰਦੇ ਆ ਸਰਕਾਰ ਦੇ ਜਾਂਦੇ, ਜਿਹੜਾ ਕੋਈ ਕਰਦੇ ਕਰ ਦਿੰਦੇ ਹੋ ਰੂਪ ਤੋਂ ਕੀ ਜਾਈਏ ਕਿੱਧਰ ਨੂੰ ਫਿਰ। ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ, ਪਰ ਇਸ ਦੇ ਬਾਵਜੂਦ ਲਗਾਤਾਰ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਦਰਅਸਲ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੇ ਉਹਨਾਂ ਨੂੰ ਔਜ਼ਾਰ ਉਪਲਬਧ ਕਰਵਾ ਰਹੀ ਹੈ ਉਹ ਉਹਨਾਂ ਦੇ ਬਜਟ ਤੋਂ ਬਾਹਰ ਨੇ, ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਦੇ ਪਿੰਡ ਤਲਾਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੇ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰੋਜ਼ ਧਮਕਾਇਆ ਜਾਂਦਾ ਹੈ, ਕਿਸਾਨਾਂ ਦੇ ਉੱਤੇ ਕਾਗਜ਼ੀ ਕਾਰਵਾਈ ਦੀ ਗੱਲ ਵੀ ਕੀਤੀ ਜਾਂਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ 8000 ਨੋਡਲ ਅਫਸਰ ਤੈਨਾਤ ਕੀਤੇ ਨੇ ਜੋ ਕਿ ਕਿਸਾਨਾਂ ਦੇ ਉੱਤੇ ਨਿਗਰਾਨੀ ਰੱਖਦੇ ਨੇ। ਜ਼ਿਕਰਯੋਗ ਹੈ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਕਿਸਾਨਾਂ ਨੂੰ ਉਹ ਚੀਜ਼ਾਂ ਉਪਲਬਧ ਨਹੀਂ ਕਰਵਾਈਆਂ ਜਾਂਦੀਆਂ ਜਿਸ ਦੇ ਤਹਿਤ ਉਹ ਪਰਾਲੀ ਨੂੰ ਨਸ਼ਟ ਕਰ ਸਕਣ। ਦੇਖੋ ਜੀ, ਅੱਗ ਕਿਸਾਨਾਂ ਨੇ ਲਾਉਣੀ ਸ਼ੁਰੂ ਕਰਤੀ, ਇੱਥੇ ਵੀ ਲਾਈ ਆ, ਮੈਂ ਆਪ ਆਇਆ ਗਾ ਅਤੇ ਇੱਥੇ ਧਮਕੀਆਂ ਵੀ ਦੇ ਰਿਹਾ, ਪ੍ਰਸ਼ਾਸਨ ਵੀ ਰੋਜ਼ ਗੇੜੇ ਮਾਰ ਰਿਹਾ ਗਾ ਵੀ ਅਸੀਂ ਇਹਨਾਂ ਦੇ ਜਿਹੜੀ ਲਾਲ ਲਕੀਰਾਂ ਮਾਰ ਦਾਂਗੇ, ਫਰਦ ਨਹੀਂ ਨਿਕਲ ਦੇਵਾਂਗੇ, ਜੁਰਮਾਨੇ ਕਰਾਂਗੇ, FIR ਕਰਾਂਗੇ। ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ, ਡਰਾਇਆ ਜਾ ਰਿਹਾ। 8000 ਨੋਡਲ ਅਫਸਰ ਇਹਨਾਂ ਨੇ ਪੰਜਾਬ ਦੇ ਕਿਸਾਨਾਂ 'ਤੇ ਲਾਏ ਆ ਵੀ ਜੇ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੁਰੰਤ ਕਾਰਵਾਈ ਕਰੋ। ਇਹ ਸਾਡੀ ਬੇਬਸੀ ਅਤੇ ਮਜਬੂਰੀ ਆ। ਪਹਿਲਾਂ ਤਾਂ ਅਸੀਂ ਅਲਟੀਮੇਟਮ ਦਿੰਦੇ ਹਾਂ ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਵੀ ਜੇ ਕੋਈ ਅਧਿਕਾਰੀ ਇੱਥੇ ਪਿੰਡਾਂ 'ਚ ਵੜ ਗਿਆ। ਅਸੀਂ ਖਾਸ ਤੌਰ 'ਤੇ ਜਥੇਬੰਦੀ ਵੱਲੋਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਆਏ ਹੋਏ ਅਧਿਕਾਰੀਆਂ ਨੂੰ ਬੰਦੀ ਬਣਾਵਾਂਗੇ, ਕਿਸੇ ਨੂੰ ਛੱਡਾਂਗੇ ਨਹੀਂ ਜਿਨ੍ਹਾਂ 'ਚ ਅੱਗ ਨਹੀਂ ਲੱਗਦੀ। ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਧਿਕਾਰੀ ਅਤੇ ਸਰਕਾਰ ਹੋਊਗੀ। ਇਸ ਕਰਕੇ ਬੇਨਤੀ ਆ ਵੀ ਕਿਸਾਨ ਬਹੁਤ ਦੁਖੀ ਆ, ਇੱਕ ਤਾਂ ਪਹਿਲਾਂ ਹੀ ਝਾੜਾ ਘੱਟ ਹੈ, ਇੱਕ ਆਰਥਿਕ ਪੱਖੋਂ ਕਮਜ਼ੋਰ ਆ, ਇਹਨਾਂ ਦਾ ਸ਼ੋਸ਼ਣ ਨਾ ਕੀਤਾ ਜਾਵੇ ਪਿੰਡਾਂ 'ਚ ਨਾ ਹੋਣ। ਜੇ ਕੋਈ ਆ ਗਿਆ ਉਹਨੂੰ ਬੰਦੀ ਬਣਾਵਾਂਗੇ, ਛੱਡਾਂਗੇ ਨਹੀਂ, ਇਹ ਅਸੀਂ ਬਕਾਇਦਾ ਐਲਾਨ ਕਰਤਾ ਗਾ। ਜਿਹੜੇ ਪਿੰਡਾਂ ਦੇ ਕਿਸਾਨ ਆ, ਪੰਜਾਬ ਦੇ ਕਿਸਾਨ, ਅਸੀਂ ਵਾਤਾਵਰਨ ਪ੍ਰੇਮੀ ਆ, ਅਸੀਂ ਨਹੀਂ ਚਾਹੁੰਦੇ ਵੀ ਪ੍ਰਦੂਸ਼ਣ ਅਸੀਂ ਕਰੀਏ, ਦੂਸ਼ਿਤ ਕਰੀਏ ਆਪਦੀ ਹਵਾ ਨੂੰ, ਕਿਉਂਕਿ ਜਿੰਨੇ ਹੋਸਪਿਟਲਾਂ ਦੇ ਵਿੱਚ ਸਭ ਤੋਂ ਵੱਧ ਪੇਂਡੂ ਲੋਕ ਦਾਖਲਾ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਹੋ। ਪਰ ਇਹਦੇ ਨਾਲ ਇੱਕ ਗੱਲ ਇਹ ਆ ਵੀ ਆ ਜਿਹੜੇ ਗ੍ਰੀਨ ਟਿਊਬਾਂ ਦੀਆਂ ਹਦਾਇਤਾਂ ਪੰਜਾਬ ਸਰਕਾਰ ਨੇ ਲਾਗੂ ਨਹੀਂ ਕਰੀਆਂ, ਜੇ ਉਹ ਲਾਗੂ ਕਰਦੇ ਨੇ ਅਸੀਂ ਅੱਗ ਹੀ ਨਹੀਂ ਲਾਉਂਦੇ, ਕਿਸਾਨ ਪਾਗਲਾਂ ਵੀ ਅੱਗ ਲਾਉਣਗੇ। ਜੇ ਜਿਵੇਂ ਗ੍ਰੀਨ ਟਿਊਬਾਂ ਨੇ ਕਿਹਾ ਵੀ 5000 ਤੋਂ ਜਿਹੜੇ ਥੱਲੇ ਕਿਸਾਨ ਆ 2.5 ਕਿੱਲੇ ਵਾਲੇ ਨੂੰ ਉਹਨੂੰ ਫ੍ਰੀ ਪ੍ਰੋਵਾਈਡ ਸੰਦ ਕਰਾਏ ਜਾਣ, 5 ਏਕੜ ਤੋਂ ਥੱਲੇ ਵਾਲੇ ਨੂੰ 5000 'ਚ, ਉਦੋਂ ਉੱਤੇ ਵਾਲੇ ਨੂੰ 10000 'ਚ, ਸਾਰੇ ਕਿਸਾਨਾਂ ਨੂੰ 15000 'ਚ, ਜਿਹੜੇ ਆਧੁਨਿਕ ਸੰਦ ਆ ਵਿੱਚ ਵਾਹੁਣ ਵਾਲੇ ਉਹ ਸਰਕਾਰ ਪ੍ਰੋਵਾਈਡ ਕਰਾਵੇ। ਪਰ ਸਰਕਾਰ ਵਾਅਦੇ ਤੋਂ ਭੱਜ ਚੁੱਕੀ ਆ। ਇਸ ਕਰਕੇ ਕਿਸਾਨਾਂ ਦੀ ਬੇਬਸੀ ਅਤੇ ਮਜਬੂਰੀ ਅੱਗ ਲਾਉਣੀ, ਅਸੀਂ ਨਹੀਂ ਚਾਹੁੰਦੇ ਵੀ ਇੱਥੇ ਪ੍ਰਦੂਸ਼ਣ ਪੈਦਾ ਕਰੀਏ। ਅਸੀਂ ਪ੍ਰਦੂਸ਼ਣ ਨੂੰ ਸਾਫ਼ ਸੁਥਰਾ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਵੀ ਕਿਸਾਨ ਯੋਗਦਾਨ ਪਾਉਂਦੇ ਆ। ਅਸੀਂ 15 ਦਿਨ ਜ਼ਰੂਰ ਆ ਵੀ ਅੱਗ ਲਾਵਾਂਗੇ, ਦੂਸ਼ਿਤ ਕਰਾਂਗੇ ਹਵਾ, ਪਰ ਅਸੀਂ 1 ਸਾਲ ਆ ਜਿਹੜੇ ਦਰੱਖਤ ਆ ਸਾਡੀਆਂ ਫਸਲਾਂ ਨੇ, ਅਸੀਂ ਇਹ ਆਕਸੀਜਨ ਨੂੰ ਜਿਹੜੀ ਛੱਡਣ ਲਈ ਸਾਡੇ ਦਰੱਖਤ ਹਿੱਸਾ ਪਾਉਂਦੇ, ਉਹਨਾਂ ਨੂੰ ਅਸੀਂ ਬੀਜਦੇ ਹਾਂ। ਅੱਜ ਇੱਥੇ ਘੱਟੋ ਘੱਟ 5 ਤੋਂ ਲੈ ਕੇ 8 ਏਕੜ ਤੱਕ ਜਿਹੜੀ ਅੱਗ ਲਾਤੀ ਆ ਅਸੀਂ, ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਲਾਈ ਹੈ, ਇੱਕੇ ਨਾਲ ਲਾਈ ਹੈ, ਇਹ ਇਕੱਲੇ ਇੱਥੇ ਨਹੀਂ ਲੱਗ ਰਹੀ, ਸਾਰੇ ਪੰਜਾਬ ਦੇ ਵਿੱਚ ਜਥੇਬੰਦੀ ਦਾ ਐਲਾਨਾ। ਜੇ ਕੋਈ ਆਊਗਾ ਉਹਨੂੰ ਬੰਦੀ ਬਣਾਵਾਂਗੇ, ਕਿਸੇ ਕਿਸਾਨ 'ਤੇ ਪਰਚਾ ਦਰਜ ਨਹੀਂ ਹੋਣ ਦੇਵਾਂਗੇ, ਕਿਸੇ ਨੂੰ ਜੁਰਮਾਨਾ ਨਹੀਂ ਹੋਣ ਦੇਵਾਂਗੇ। ਹੱਲ ਤਾਂ ਜੀ ਹੁਣ ਕਿਸਾਨ ਕਰੂਗਾ ਵੀ ਕੀ, ਅੱਗ ਲਾਏ ਬਿਨਾਂ ਸਾਡੀ ਮਜ਼ਬੂਰੀ ਆ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਨੂੰ ਅੱਗ ਲਾਉਣੀ ਪੈਂਦੀ ਆ, ਅੱਗ ਲਾਏ ਬਿਨਾਂ ਸਾਡਾ ਕੋਈ ਹੱਲ ਨਹੀਂ। ਹੁਣ ਗਰੀਬ ਬੰਦੇ ਵਿੱਚ ਫਾਹੇ ਲਈ ਜਾਂਦੇ ਆ, ਲੋਕ ਤਾਂ ਮਰੀ ਜਾਂਦੇ ਆ, ਕਿਸਾਨ ਤਾਂ ਪਹਿਲਾਂ ਹੀ ਖਤਮ ਆ, ਝੋਨਾ ਘੱਟ ਗਿਆ ਸਭ ਦਾ, ਕਿਸਾਨ ਦਾ ਹੁਣ ਝੋਨਾ ਫੋਕ ਆਈ ਜਾਂਦਾ, 70 ਗੱਟਾਂ ਤੋਂ ਬਾਅਦ ਝੋਨਾ ਨਹੀਂ, ਕਿੱਥੋਂ ਕਿਸਾਨ ਕੀ ਕਰੂਗਾ। ਪਰਚੇ ਦੇਣਗੇ ਸਾਡੇ 'ਤੇ ਇਹ, ਅਸੀਂ ਰੋਟੀ ਖਾਣੀ ਆ ਅਤੇ ਖਾ ਲਾਂਗੇ। ਅੱਜ ਅਸੀਂ ਜੀ 6-7 ਕਿੱਲਿਆਂ ਨੂੰ ਅੱਗ ਲਾ ਤੀ, ਐਵੇਂ ਜਿਵੇਂ ਲਾਵਾਂਗੇ ਸਾਰਿਆਂ ਨਾਲ ਰਲ ਕੇ ਕਿਸਾਨਾਂ ਨਾਲ ਇਕੱਠੇ ਹੋ ਕੇ ਅੱਗ ਲਵਾਵਾਂਗੇ ਵੀ ਲਾਵਾਂਗੇ ਵੀ,
जो सरकार ने करना कर, जे कोई मुलाजम आऊगा महकमे वाला असीं बंदी बनावांगे। जमीन हैगी जी 12-13 किले जमीन की, तो ये मजबूरी है जी साडी, हुण की करा जावे, इहनू कित्थे चक के छिटीए। आलूआं दे लाउणे 2-3 किले, कित्थे ले जाइए, तां चक्की तां भरी भी नहीं जांदी विच्चों, ठीक है ना जी। हाँ धौकी दिंदे आ सरकार दे जांदे, जिहड़ा कोई करदे कर देंदे, हुण की जाइए किधर नूं फिर, होर तां कोई हल कर नहीं सकदे, तां ना ही कोई हल आ, इहनू चक्कण दा हल भी है नहीं। 2-4 कनालों की पराली भी नहीं बाहर निकलती, कित्थे धरांगे इहनू, आपदे खेत च ही टिकू, तां पर 5-4 किलां च टिकूगी। ज्यादा कोई फैक्टरी फूटरी लाउण, इहनू चक के ले जाण गंढा। आखिरी फैसला तो यही है जी, इहनू सरकार किसे लोट साडा हल करे, सांभे इहनू पराली नू, साडे खेतां चों ले जावे चक के। जिमीदार तां कुछ माड़ा मोटा दे भी दऊ इहनू, हुण की कणक किहड़े लोट बीजी जी, दसो किवें बीजी जू। हैप्पी सीडरां नाल कहिंदे आ कणक बीज दो, हैप्पी सीडर ना कितने दाने नंगे रह जाते, तलियां रह जाए, मार दिया चीकां, जट की करन, होर की करन। 60 किलो कणक पैंदी आ, कितने 40 किलो बीना, 2 बोरियां डी ए पी, 5-5-6 बोरियां यूरिया देने लगते हैं जी। हैं हुण की करा जावे, होर की किधर नूं जाण, किसान करनगे की? किसानां नूं तां सौकां दी मारी जांदे ने, अग लाउण दा, अग लाउण तों बिना हल ही नहीं साडे कोल होर। जां तां सानूं कोई चीज़ देण इहनूं चक्कण वास्ते, लै जाण, असीं लोड भी करा देंगे इहनूं नाल लग के। गल ये है जी, भी जिमें पहला प्रधान जी ने भी दस्या गा भी असी बेबस हाँ गा, ये जिहड़ी पराली है ये जे नहीं असी बचाउंदे, साडा 8-7 हज़ार का खर्चा है, एक गरीब किसान हैगा, वो 8-7 हज़ार रुपया कितों लियाऊगा। जिमें कि झोने का झाड़ एक्ती अगे 100 गट्टे का हुंदा, एक्ती 70 गट्टे का ही रह गया, एक किले मगर 30 गट्टे उड गए, किसान का किन्ना नुकसान हो गया। सरकार जिवें ये कहते हैं भी सबसिडी दे असी संद देवांगे, किसी ने कोई सबसिडी दे कोई संद नहीं दिता, भी ये एक मजबूरी हैगी। अगर जिवें 2 किल्याणा नूं मुफ्त कहिंदे सी, 5 किल्याणा नूं 3,000 रुपया देवांगे, जां इह किसानां नूं पैसे देण, जां जिवें सोसाइटियां नेगियां उहदे च इह संद देण सबसिडी ते, फिर उत्थों किसान भीर आपदा वाह भाई आ, उहनां नाल करन, अग लाउण दी कोई लोड़ ही ना पवे। इह कोई किसानां दा शौक नहीं हैगा, मजबूरी है। जद भी भाई करदे आ जिहड़ी आह उपर कमैन वढ़दी आ, तो वह सूसरिया रह जाता है, जे उन्होंने नहीं बचाते तो वह बच्चे उलझ उलझ के बिजाई में बहुत नुकसान पहुँचाती है। बीज इकट्ठा हो जाता, कणक बीजी नहीं जानी, जब वह बीजी नहीं जानी फिर किसान की मजबूरी बन गई। इस करके मजबूरिया करके ये किसान अग लानी पैंती है, ये सबसिडियां देवे, किसानों का कोई शौक नहीं है अग लानी, किसान बिल्कुल अग नहीं लागे। सरकार खरी उतरे, जेडे वो संद है सबसिडी से मुहैया करावे, सोसाइटियां देवे, ये दावे ही करी जाती है जी कागजा च, कागजा च बयान दे देंदे, दावे करी जाते हैं। हुण एक चीज़ जिवें रोटावीटर है, वह सबसिडी है ही नहीं, जिहड़े संद नहीं लैना चाहते उन्हां ते सबसिडी है। हुण जे जिवें जीरो ड्रिल है, जीरो ड्रिल ना कणक बीजी भी कामयाब नहीं हुंदी, लोग उहनू किन्ने किन्ने पैसों च लए, हुण उहनू कबाड़ च वेच रहे आ, आ कई किसानां दे घरे खड़े आ, सरकार लै जे उहनां नू इह कबाड़ च वेचणा, सरकार नू फ्री चुका देणगे, जद उह काम ही नहीं करन, हैप्पी सीडर है वह काम नहीं कर रहे, तो इन्ने 2-2, 2.5-2.5 लाख किसान एक ला के तो वह बेकार खड़े आ, हुण उह कुवाड़ियां नू वेच रहे आ गे, ते जद उह कुवाड़ियां नू वेच रहे आ लोहे दे भाव वेच रहे आ, जद उह लैणा हुंदा उहनू उह सरकारां लोहे दे भाव नहीं दिंदियां, उहदे ते GST ला के होर टैक्स ला के उहदा 5 गुणा भाव वधा दिंदे आ। एक लोहा हैगा उह 40 रुपये किलो विकदा, जे उही संद उह तोलिया जावे 2 जां 3 क्वांटल दा हैगा, किन्नी उहदी कीमत बण गई, उहदी कीमत 2.5-2.5-3-3 लाख रुपया इह बणा दिंदे आ गे, क्योंकि एक उह कंपनी ने वेचणा हुंदा, उह तों सरकार ने कमीशन लैणा हुंदा हैगा, इस करके उह आपदे कमीशन खातर उह सरकार लोकां दे सारा कुछ थप्प पै जांदा गा, ठीक है। इस करके हुण किसान मजबूर है। एक ट्रैक्टर हैगा वह 7 लाख का आउंदा, रोटावीटर है 2-2.5 लाख का, 10 लाख का हो गया, 5 किल्लिआं वाले कोल किन्नी कु उहनूं आमदन होनी हैगी, 100 गट्टे चों 70 गट्टे ही रह गए, किन्नी कु आमदन होगी, फिर वो खर्चे है गए, फिर उन्हें घर भी चलाउणा आपदा, नूण तेल भी लैके आउणा, ये कहिंदे संद नवें लवो, एक किले ते 7-8 हज़ार रुपया खर्चा पैंदा, वो सरकार दे देवे, किसान बिल्कुल नहीं लाउंदे। इंदरजीत सिंह दी स्पैशल रिपोर्ट दे नाल, ब्यूरो रिपोर्ट, द टीवी, NRI।